ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣਾਂ ਨੇ ਅੱਜ ਅਨਾਉਂਸਮੈਂਟ ਕੀਤੀ ਆ ਕਿ ਸਕੂਲ ਦੇ ਵਿੱਚ ਹੁਣ ਬੱਚਿਆਂ ਨੂੰ ਕੋਰੋਨਾ ਵਾਇਰਸ ਦਾ ਜੋ ਟੀਕਾ ਆ ਉਹ ਰਿਕੁਆਇਰ ਨਹੀਂ ਹੋਊਗਾ, ਮੈਂਡੇਟਰੀ ਨਹੀਂ ਹੋਊਗਾ। ਪਹਿਲਾਂ ਇਹ ਕੰਡੀਸ਼ਨ ਲਾਈ ਗਈ ਸੀ ਤੇ ਅੱਜ ਉਹਨਾਂ ਨੇ ਇਹ ਕਰਤਾ ਵੀ ਨੋ ਲੋਂਗਰ ਉਹ ਐਕਸਪਲੋਰਿੰਗ ਐਡਿੰਗ ਕੋਵਿਡ-19 ਵੈਕਸੀਨ ਟੂ ਰਿਕੁਆਇਰ ਸਕੂਲ ਵੈਕਸੀਨ ਲਿਸਟ। ਪਹਿਲਾਂ ਇਸ ਨੂੰ ਡਿਲੇ ਕਰ ਦਿੱਤਾ ਗਿਆ ਸੀ ਸਮਰ ਤੱਕ, ਪਰ ਹੁਣ ਜਿਵੇਂ ਹੀ ਕੈਲੀਫੋਰਨੀਆ ਦੇ ਆਫੀਸ਼ੀਅਲਸ ਮਈ ਮਹੀਨੇ ਤੋਂ ਬਾਅਦ ਕੋਰੋਨਾ ਵਾਇਰਸ ਦਾ ਜੋ ਵੀ ਕੰਡੀਸ਼ਨਸ ਆ ਉਹ ਸਾਰਿਆਂ ਨੂੰ ਚੱਕਣ ਜਾ ਰਹੇ ਆ, ਉਹਦੇ ਅਧੀਨ ਇਹ ਉਹਨਾਂ ਨੇ ਕਹਿਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਸਕੂਲ ਬੱਚੇ ਜਾਂਦੇ ਆ ਜਿਨ੍ਹਾਂ ਨੂੰ ਟੀਕੇ ਲਵਾਉਣ ਦੀ ਲਿਸਟ ਹੁੰਦੀ ਆ ਉਹਦੇ ਵਿੱਚ ਹੁਣ ਕੋਵਿਡ ਦੀ ਲਿਸਟ ਨਹੀਂ ਹੋਊਗੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਦੱਸਿਆ ਹੈ ਵੀ ਆਪਾਂ ਐਮਰਜੈਂਸੀ ਰੂਲ ਕੋਵਿਡ ਦੇ ਸੰਬੰਧ ਦੇ ਵਿੱਚ ਸੀ ਉਸ ਨੂੰ ਰਿਮੂਵ ਕਰਨ ਜਾ ਰਹੇ ਹਾਂ, ਸੋ ਹੁਣ ਬੱਚਿਆਂ ਨੂੰ ਜਿਹੜਾ ਆ ਉਹ ਕੰਪਲਸਰੀ ਨਹੀਂ ਹੈ ਵੀ ਉਹ ਕੋਵਿਡ ਦਾ ਟੀਕਾ ਲਵਾਉਣ। ਜੀ, ਇਸ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ, ਪਿਛਲੇ ਸਾਲ ਦੇ ਵਿੱਚ ਕਈ ਜਿਹੜੇ ਸਿਹਤ ਅਧਿਕਾਰੀ ਅਤੇ ਲੋਕ ਅਤੇ ਪੇਰੈਂਟਸ ਆ ਉਹਨਾਂ ਦੇ ਸਿੰਘ ਫਸਦੇ ਰਹੇ, ਜਿਸ ਦੇ ਵਿੱਚ ਉਹ ਕਹਿੰਦੇ ਸੀਗੇ ਵੀ ਇਸ ਨੂੰ ਜ਼ਰੂਰੀ ਨਹੀਂ ਹੋਣਾ ਚਾਹੀਦਾ। ਉਸ ਟਾਈਮ ਦੇ ਉੱਤੇ ਇਸ ਨੂੰ ਜ਼ਰੂਰੀ ਕਰਨ ਦੀ ਮੰਗ ਵੀ ਜਿਹੜੀ ਉਹ ਉੱਠਦੀ ਰਹੀ ਸੀ, ਪਰ ਇਵੈਂਚੁਅਲੀ ਜਿਹੜੀ ਉਹ ਅੱਜ ਇਹਨਾਂ ਨੇ ਇਹ ਫੈਸਲਾ ਲਿਆ ਆ। ਨਾਲ ਹੀ ਕੈਲੀਫੋਰਨੀਆ ਦੇ ਦੁਆਰਾ ਕੋਵਿਡ ਦੀ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ 28 ਫਰਵਰੀ ਨੂੰ ਖਤਮ ਹੋਣ ਜਾ ਰਹੀ ਆ। ਸੋ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ ਸਮਾਪਤ ਜਿਹੜੀ ਹੋਊਗੀ। ਗਵਰਨਰ ਦੇ ਕੋਲ ਜਿਹੜੀਆਂ ਵਾਧੂ ਸ਼ਕਤੀਆਂ ਸਟੇਟ ਆਫ ਐਮਰਜੈਂਸੀ ਦੇ ਤਹਿਤ ਆਉਂਦੀਆਂ ਆ ਉਹ ਇੱਕ ਹਿਸਾਬ ਦੇ ਨਾਲ ਵਾਪਸ ਲੈ ਲਈਆਂ ਜਾਣਗੀਆਂ। ਉੱਧਰ ਬਾਈਡਨ ਹੁਣਾਂ ਨੇ ਜਿਹੜੀ ਫੈਡਰਲ ਤੌਰ ਦੇ ਉੱਤੇ ਪਬਲਿਕ ਹੈਲਥ ਐਮਰਜੈਂਸੀ ਆ ਉਸ ਨੂੰ ਮਈ ਮਹੀਨੇ ਦੇ ਵਿੱਚ ਸਮਾਪਤ ਕਰਨ ਦਾ ਆਲਰੇਡੀ ਫੈਸਲਾ ਲੈ ਚੁੱਕੇ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਹੁਣਾਂ ਨੇ ਅੱਜ ਅਨਾਉਂਸਮੈਂਟ ਕੀਤੀ ਆ ਕਿ ਸਕੂਲ ਦੇ ਵਿੱਚ ਹੁਣ ਬੱਚਿਆਂ ਨੂੰ ਕੋਰੋਨਾ ਵਾਇਰਸ ਦਾ ਜੋ ਟੀਕਾ ਆ ਉਹ ਰਿਕੁਆਇਰ ਨਹੀਂ ਹੋਊਗਾ, ਮੈਂਡੇਟਰੀ ਨਹੀਂ ਹੋਊਗਾ। ਪਹਿਲਾਂ ਇਹ ਕੰਡੀਸ਼ਨ ਲਾਈ ਗਈ ਸੀ ਤੇ ਅੱਜ ਉਹਨਾਂ ਨੇ ਇਹ ਕਰਤਾ ਵੀ ਨੋ ਲੋਂਗਰ ਉਹ ਐਕਸਪਲੋਰਿੰਗ ਐਡਿੰਗ ਕੋਵਿਡ-19 ਵੈਕਸੀਨ ਟੂ ਰਿਕੁਆਇਰ ਸਕੂਲ ਵੈਕਸੀਨ ਲਿਸਟ। ਪਹਿਲਾਂ ਇਸ ਨੂੰ ਡਿਲੇ ਕਰ ਦਿੱਤਾ ਗਿਆ ਸੀ ਸਮਰ ਤੱਕ, ਪਰ ਹੁਣ ਜਿਵੇਂ ਹੀ ਕੈਲੀਫੋਰਨੀਆ ਦੇ ਆਫੀਸ਼ੀਅਲਸ ਮਈ ਮਹੀਨੇ ਤੋਂ ਬਾਅਦ ਕੋਰੋਨਾ ਵਾਇਰਸ ਦਾ ਜੋ ਵੀ ਕੰਡੀਸ਼ਨਸ ਆ ਉਹ ਸਾਰਿਆਂ ਨੂੰ ਚੱਕਣ ਜਾ ਰਹੇ ਆ, ਉਹਦੇ ਅਧੀਨ ਇਹ ਉਹਨਾਂ ਨੇ ਕਹਿਤਾ ਹੈ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ ਸਕੂਲ ਬੱਚੇ ਜਾਂਦੇ ਆ ਜਿਨ੍ਹਾਂ ਨੂੰ ਟੀਕੇ ਲਵਾਉਣ ਦੀ ਲਿਸਟ ਹੁੰਦੀ ਆ ਉਹਦੇ ਵਿੱਚ ਹੁਣ ਕੋਵਿਡ ਦੀ ਲਿਸਟ ਨਹੀਂ ਹੋਊਗੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਦੱਸਿਆ ਹੈ ਵੀ ਆਪਾਂ ਐਮਰਜੈਂਸੀ ਰੂਲ ਕੋਵਿਡ ਦੇ ਸੰਬੰਧ ਦੇ ਵਿੱਚ ਸੀ ਉਸ ਨੂੰ ਰਿਮੂਵ ਕਰਨ ਜਾ ਰਹੇ ਹਾਂ, ਸੋ ਹੁਣ ਬੱਚਿਆਂ ਨੂੰ ਜਿਹੜਾ ਆ ਉਹ ਕੰਪਲਸਰੀ ਨਹੀਂ ਹੈ ਵੀ ਉਹ ਕੋਵਿਡ ਦਾ ਟੀਕਾ ਲਵਾਉਣ। ਜੀ, ਇਸ ਮਾਮਲੇ ਦੇ ਵਿੱਚ ਹਰਜੋਤ ਸਿੰਘ ਜੀ, ਪਿਛਲੇ ਸਾਲ ਦੇ ਵਿੱਚ ਕਈ ਜਿਹੜੇ ਸਿਹਤ ਅਧਿਕਾਰੀ ਅਤੇ ਲੋਕ ਅਤੇ ਪੇਰੈਂਟਸ ਆ ਉਹਨਾਂ ਦੇ ਸਿੰਘ ਫਸਦੇ ਰਹੇ, ਜਿਸ ਦੇ ਵਿੱਚ ਉਹ ਕਹਿੰਦੇ ਸੀਗੇ ਵੀ ਇਸ ਨੂੰ ਜ਼ਰੂਰੀ ਨਹੀਂ ਹੋਣਾ ਚਾਹੀਦਾ। ਉਸ ਟਾਈਮ ਦੇ ਉੱਤੇ ਇਸ ਨੂੰ ਜ਼ਰੂਰੀ ਕਰਨ ਦੀ ਮੰਗ ਵੀ ਜਿਹੜੀ ਉਹ ਉੱਠਦੀ ਰਹੀ ਸੀ, ਪਰ ਇਵੈਂਚੁਅਲੀ ਜਿਹੜੀ ਉਹ ਅੱਜ ਇਹਨਾਂ ਨੇ ਇਹ ਫੈਸਲਾ ਲਿਆ ਆ। ਨਾਲ ਹੀ ਕੈਲੀਫੋਰਨੀਆ ਦੇ ਦੁਆਰਾ ਕੋਵਿਡ ਦੀ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ 28 ਫਰਵਰੀ ਨੂੰ ਖਤਮ ਹੋਣ ਜਾ ਰਹੀ ਆ। ਸੋ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਸਟੇਟ ਆਫ ਐਮਰਜੈਂਸੀ ਆ ਉਹ ਸਮਾਪਤ ਜਿਹੜੀ ਹੋਊਗੀ। ਗਵਰਨਰ ਦੇ ਕੋਲ ਜਿਹੜੀਆਂ ਵਾਧੂ ਸ਼ਕਤੀਆਂ ਸਟੇਟ ਆਫ ਐਮਰਜੈਂਸੀ ਦੇ ਤਹਿਤ ਆਉਂਦੀਆਂ ਆ ਉਹ ਇੱਕ ਹਿਸਾਬ ਦੇ ਨਾਲ ਵਾਪਸ ਲੈ ਲਈਆਂ ਜਾਣਗੀਆਂ। ਉੱਧਰ ਬਾਈਡਨ ਹੁਣਾਂ ਨੇ ਜਿਹੜੀ ਫੈਡਰਲ ਤੌਰ ਦੇ ਉੱਤੇ ਪਬਲਿਕ ਹੈਲਥ ਐਮਰਜੈਂਸੀ ਆ ਉਸ ਨੂੰ ਮਈ ਮਹੀਨੇ ਦੇ ਵਿੱਚ ਸਮਾਪਤ ਕਰਨ ਦਾ ਆਲਰੇਡੀ ਫੈਸਲਾ ਲੈ ਚੁੱਕੇ ਆ।